ਜਿਹੜਾ ਲੜਕਾ ਤੁਹਾਡੇ ਨਾਲ ਗੱਲ ਕਰਦਾ ਰਿਹਾ ਸਨੈਪਚੈਟ ਤੇ ਉਹਨੇ ਤੁਹਾਨੂੰ ਕੀ ਆਫਰ ਦਿੱਤਾ ਕਿ ਤੈਨੂੰ ਮੈਂ ਕੈਨੇਡਾ ਮੰਗਾ ਲੈਣਾ ਬਿਸਟਰ ਵੀਜ਼ੇ ਤੇ ਫਿਰ ਆਪਾਂ ਵਿਆਹ ਕਰਾਵਾਂਗੇ ਹਾਂਜੀ ਸਰ ਉਹਨੇ ਇਹ ਕਿਹਾ ਸੀ ਅੱਛਾ ਉਹਦੀ ਉਮਰ ਕਿੰਨੀ ਆ 22 ਸਾਲ ਦੀ ਸਰ मनप्रीत जी ने मनप्रीत जी सताल बेटा बड़ा धोखा होया धोखे साथ देवे मैं वादा कर दा कानून के मुताबिक बनती कार्रवाई जी है वह कराने के असी साडा लीगल सैल जो मदद करेगा भावें असी देश तो विदेश बैठे हैं प्रदेश में बैठे हैं तुम पंजाब तो किस जिले से संबंधित हो बेटा अमृतसर मनप्रीत उम्र कितनी थोड़ी मोगा कह रहे हैं जी मोगा मोगा है थोड़ा हाँ जी थोड़ी उच्ची बोलो मोगा सर ਕਿੰਨੀ ਉਮਰ ਤੁਹਾਡੀ 26 ਸਾਲ ਉਹ 26 ਸਾਲ ਦੇ ਹੋ ਆਪ ਜੀ ਸ਼ਾਦੀਸ਼ੁਦਾ ਮਨਪ੍ਰੀਤ ਜੀ ਨਹੀਂ ਸਰ ਮੈਂ ਮੈਰਿਡ ਹਾਂ ਮੈਰਿਡ ਹੋ ਕਿੰਨੇ ਬੱਚੇ ਆਪ ਜੀ ਦੇ ਮੈਰਿਡ ਸਰ ਅਨ ਮੈਰਿਡ ਅਨ ਮੈਰਿਡ ਅਨ ਮੈਰਿਡ ਹਾਂਜੀ ਸਰ ਉੱਚੀ ਬੋਲੋ ਨਾ ਤੁਹਾਨੂੰ ਸਮਝ ਆਵੇ ਮੇਰੀ ਤੇ ਮੈਨੂੰ ਤੁਹਾਡੀ ਆਵੇ ਓਕੇ ਸਰ ਪਿੱਛੇ ਆਵਾਜ਼ ਪੱਖਾ ਚੱਲ ਰਿਹਾ ਕੀ ਚੱਲ ਰਿਹਾ ਬੰਦ ਕਰੋ ਨਹੀਂ ਸਰ ਕੁਛ ਨਹੀਂ ਚੱਲ ਰਿਹਾ ਸੀ ਬੜੀ ਭਿਆਨਕ ਆਵਾਜ਼ ਕਾਹਦੀ ਆ ਰਹੀ ਹੈ ਫਿਰ ਬੇਟਾ ਨਹੀਂ ਸਰ ਆਵਾਜ਼ ਤਾਂ ਕਾਫੀ ਦੀ ਆ ਰਹੀ ਮਨ ਵੀ ਤੁਸੀਂ ਅਨ ਮੈਰਿਡ ਹੋ ਕਿੰਨਾ ਪੜ੍ਹੇ ਹੋ ਆਪ ਜੀ ਸਰ ਮੈਂ ਪਲੱਸ ਟੂ ਕਲੀਅਰ ਹਾਂ ਓਕੇ ਤੁਹਾਡੇ ਮਾਂ ਬਾਪ ਕੀ ਕੰਮ ਕਰਦੇ ਨੇ ਸਰ ਮੇਰੇ ਪਾਪਾ ਮੇਟਰੀ ਜੂਰੀ ਕਰਦੇ ਨੇ ਮਮਾ ਹਾਊਸ ਵਾਈਫ ਫਾਦਰ ਕੀ ਕਰਦੇ ਨੇ ਮੇਟਰੀ ਜੂਰੀ ਕਰਦੇ ਸਰ ਅੱਛਾ ਜੀ ਤੁਹਾਡੀ ਕਿਹੜੀ ਕਾਸਟ ਹੈ मनप्रीत भरा भी ने भैन भी ने कि भरा कि भैन ने मनप्रीत थोड़े ने धोखा कह दिता बठिंडे का मुंडा है बठिंडा की बठिंडे शहर का पिंड का शहर है सर प्रॉपर शहर का रोबनप्रीत ਨੌ ਲੱਖ ਰੁਪਏ ਤੁਹਾਡੇ ਤੋਂ ਲੈ ਲਿਆ ਮੈਂ ਟੂਰਿਸਟ ਵੀਜ਼ੇ ਤੇ ਲਾਇਆ ਆ ਅੱਛਾ ਸਲੈਪ ਕਾਹਦੀ ਭੇਜੀ ਹੈ ਤੁਹਾਨੂੰ ਮੈਂ ਤਾਂ ਇਹਨਾਂ ਨੂੰ ਭੇਜੀ ਸੀ ਜਿਹੜਾ ਇਹਨੂੰ ਪੇਮੈਂਟ ਕੀਤੀ ਮੈਂ ਲੱਖ ਰੁਪਏ ਸਲੈਪ ਕਿਹੜੀ ਸਦ ਦਿਖਾਓਗੇ ਤੁਸੀਂ ਪਲੀਜ਼ ਕਰਨ ਦੀ ਜੀ ਬਿਲਕੁਲ ਜੀ ਇਹਨੇ ਧੀ ਰਾਣੀ ਨੇ ਬਹੁਤ ਪ੍ਰੂਫ ਸਾਨੂੰ ਭੇਜੇ ਜੀ ਹਾਂ ਰੋਬਨਪ੍ਰੀਤ ਦੀ ਤੁਹਾਡੇ ਕੋਲ
10 अक्टूबर
ਤੁਸੀਂ ਇੱਕ ਮਹੀਨਾ ਗੱਲ ਕੀਤੀ ਹੈ ਕਿ ਮਹੀਨੇ ਵਿੱਚ ਜਾਲ ਚ ਫਸ ਗਿਆ ਹਾਂਜੀ ਸਰ ਇਹ ਇੰਡੀਆ ਆਇਆ ਸੀਗਾ ਇਹ ਸਰ ਪਹਿਲਾਂ ਹੀ ਇੰਡੀਆ ਸੀਗਾ ਇਹ ਮੈਨੂੰ ਕਹਿ ਗਿਆ ਮੈਂ ਇੰਡੀਆ ਆ ਜਾਣਾ ਜੀ ਕਹਿੰਦਾ ਤੇ ਮੈਂ ਕਹਿੰਦਾ ਸੀ ਤੇਰੇ ਵੀ ਅੰਡਰਸੀ ਜਾਂਦਾ ਕਹਿੰਦਾ ਆਈਡੀ ਪ੍ਰੂਫ ਦਿਖਾਉਣ ਨਾਲ ਕਹਿੰਦਾ ਬਾਕੀ ਤੇਰਾ ਮੈਡੀਕਲ ਕਹਿੰਦਾ ਕਰਾਉਣ ਦੇ ਨਾਲ ਜਾਂਗੇ ਤੇ ਫੀਵਰ ਵਗੈਰਾ ਕਰਾਉਣ ਨਾਲ ਜਾਂ ਦੁਬਾਰਾ ਇੱਕ ਮਿੰਟ ਬੰਦ ਕੀਤਾ ਇੱਕ ਤਾਂ ਤੁਸੀਂ ਆਵਾਜ਼ ਖੁੱਲ ਕੇ ਬੋਲੋ ਸਾਫ਼ ਸੁਣੇ ਤੁਹਾਨੂੰ ਮੁੰਡਾ ਮਿਲਿਆ ਇੱਕ ਮਹੀਨਾ ਪਹਿਲਾਂ ਤੇ ਇੱਕ ਮਹੀਨਾ ਉਹਨੂੰ ਗੱਲ ਕੀਤੀ ਹੈ ਠੀਕ ਹੈ ਤਾਂ ਮੁੰਡੇ ਨੇ ਸਨੈਪਚੈਟ ਤੇ ਕੀਤੀ ਹੈ ਤੁਹਾਨੂੰ ਸ਼ੋਰ ਹੈ ਮੁੰਡਾ ਕੈਨੇਡਾ ਵਿੱਚ ਸੀਗਾ ਕੈਨੇਡਾ ਤੋਂ ਫੋਨ ਕਰਦਾ ਸੀ ਪਰ ਤੁਸੀਂ ਇਹਨੂੰ ਵੀਡੀਓ ਤੇ ਵੇਖਿਆ ਮੁੰਡੇ ਨੂੰ ਵੀਡੀਓ ਤੇ ਨਹੀਂ ਆਏ ਤੁਸੀਂ ਕਦੇ ਦੇਖਣ ਨਹੀਂ ਸਰ ਨਹੀਂ ਤੁਹਾਨੂੰ ਜਿਹੜੀਆਂ ਫੋਟੋ ਭੇਜਦਾ ਹੁੰਦਾ ਸੀ ਇਹੀ ਮੁੰਡਾ ਹੁੰਦਾ ਸੀ ਇਹ ਸਰ ਉਹ ਤੇ ਮਤਲਬ ਕਿ ਪਹਿਲਾਂ ਪੁਰਾਣੀਆਂ ਫੋਟੋ ਕਾਲ ਲੈ ਕੇ ਨਾਲ ਦੇ ਨਾਲ ਡੇਟ ਕਰ ਦਿੰਦਾ ਸੀ ਇਹ ਪੱਗ ਬੰਨੀ ਸੀ ਪਹਿਲਾਂ ਵੀ ਇਹਦੇ ਹਾਂਜੀ ਪੱਗ ਬੰਨੀ ਸੀ ਕਿੰਨੀ ਉਮਰ ਦਾ ਇਹ ਆਪਣੇ ਆਪ ਦੱਸਦਾ ਹੈ 22 ਸਾਲ ਦਾ ਹੈ ਸਰ ਹੁਣ ਸਮੱਸਿਆ ਇਹ ਆ ਕਿ ਸਿੱਧੂ ਸਾਹਿਬ ਆਪਾਂ ਸਟੂਡੀਓ ਤੇ ਲੈ ਆਏ ਆ ਨੋ ਡਾਊਟ ਆਪਾਂ ਨੂੰ ਵੀ ਕੀ ਪਤਾ ਕਿ ਇਹੜਾ ਮੁੰਡਾ ਆ ਫੋਟੋ ਦੇ ਦਿਆ ਇਹਨਾਂ ਦਾ ਬੜਾ ਟਰਸਟ ਸੀਗਾ ਗੁੱਡੀ ਦੱਸੂ ਕਿ ਕਾਰਨ ਕੀ ਬਣਿਆ ਇਹਨਾਂ ਦਾ ਜੇ ਇਹ ਕਿਉਂ ਇਹਨਾਂ ਨੂੰ ਅੱਡ ਹੋ ਗਏ ਕਿਉਂ ਇਹਨਾਂ ਦਾ ਇੱਥੋਂ ਤੱਕ ਗੱਲ ਆ ਗਈ ਤੇ ਕਿਉਂ ਸਾਡੇ ਕੋਲੇ ਬੱਚੀ ਆ ਗਈ ਨਹੀਂ ਕੋਈ ਐਸਾ ਪ੍ਰੂਫ ਹੈ ਕਿ ਬੰਦਾ ਆਇਆ ਇਹ ਗੁੱਡੀ ਕਹਿੰਦੀ ਮੈਨੂੰ ਜਿਹੜੀਆਂ ਫੋਟੋਆਂ ਭੇਜਦਾ ਹੁੰਦਾ ਸੀ ਇਹੀ ਭੇਜਦਾ ਹੁੰਦਾ ਸੀ ਨਹੀਂ ਫੋਟੋਆਂ ਤੇ ਤੁਸੀਂ ਇੱਕ ਮਹੀਨਾ ਟਰਸਟ ਕੀਤਾ 26 ਸਾਲ ਦੀ ਉਮਰ ਹੈ ਤੁਸੀਂ ਪੜ੍ਹੇ ਹੋ ਅਨਪੜ੍ਹ ਨਹੀਂ ਹੋ ਅਨਪੜ੍ਹ ਲੋਕਾਂ ਨੂੰ ਮੈਨਰਸ ਹੁੰਦੇ ਨੇ ਅਕਲ ਹੁੰਦੀ ਆ ਥੋੜ੍ਹੀ ਬਹੁਤੀ ਹਿਊਮਨ ਸੈਂਸ ਹੁੰਦੀ ਆ ਤੁਹਾਨੂੰ ਕਿੱਦਾਂ ਪਤਾ ਕਿ ਇਹ ਮੁੰਡਾ ਰੂਬਨ ਪ੍ਰੀਤ ਹੈ ਸਰ ਇਹਨੂੰ ਪਿਕ ਸੈਂਡ ਕੀਤੇ ਸੀਗੇ ਪੈਕ ਨਾ ਕੀ ਮਤਲਬ ਪੈਕ ਨਾ ਕਿਵੇਂ ਪਤਾ ਆ ਪੈਕ ਕੀ ਚੀਜ਼ ਆ ਪੈਕ ਤਾਂ ਕੋਈ ਵੀ ਕਿਸੇ ਭੇਜ ਸਕਦਾ ਪਰ ਤੂੰ ਵੀਡੀਓ ਤੇ ਕਿਉਂ ਨਹੀਂ ਆਈ ਸਰ ਜੇ ਕਹਿੰਦੇ ਕਿ ਵੀਡੀਓ ਕਾਲ ਕਰਨ ਕਹਿੰਦਾ ਕਿ ਨਹੀਂ ਮੈਂ ਕੰਮ ਕਰਨਾ ਜਿਹੜੇ ਕੋਲ ਨਹੀਂ ਕਰ ਸਕਦਾ ਇੱਕ ਮਹੀਨੇ ਗੱਲਾਂ ਕੀ ਕਰਦੇ ਰਹੇ ਤੇਰੇ ਨਾਲ ਬਸ ਆਹੀ ਮੈਂ ਕਹਿੰਦਾ ਸੀਗਾ ਕਿ ਮਤਲਬ ਕਿ ਪਹਿਲਾਂ ਕਹਿੰਦਾ ਮੈਂ ਤੁਸੀਂ ਫਰੈਂਡਸ਼ਿਪ ਸੋਈ ਕਹਿੰਦਾ ਤੇ ਉਹ ਕਦੇ ਮੈਨੂੰ ਧੋਖਾ ਦੇ ਕੇ ਕਹਿੰਦਾ ਤੇ ਮੈਂ ਕਹਿੰਦਾ ਵੀ ਕਿਉਂਕਿ ਮੈਰਿਜ ਕਰਾਉਣੀ ਹੈ ਕਹਿੰਦਾ ਅੰਕਰ ਤੈਨੂੰ ਤੈਨੂੰ ਬਾਹਰ ਬੁਲਾ ਸਕਦਾ ਕਹਿੰਦਾ ਮੇਰੇ ਮੰਮਾ ਹੈਗੇ ਨੇ ਕਿ ਡਾਕਟਰ ਇੱਧਰ ਕਹਿੰਦਾ ਤੇ ਇਹਦੇ ਮੇਰੇ ਪਾਪਾ ਡਰਾਈਵਰ ਆ ਨਹੀਂ ਇਹ ਤਾਂ ਤੁਹਾਡੇ ਕੋਲ ਕੋਈ ਆਈਡੀ ਹੈ ਕੋਈ ਆਈਡੀ ਐਪ ਤੋਂ ਬਗੈਰ ਕੋਈ ਇੰਡੀਆ ਦੀ ਆਈਡੀ ਟੈਲੀਫੋਨ ਹੈ ਇਹਦਾ ਨੰਬਰ ਹੈਗਾ ਕਿ ਸਰ ਇਹਨੂੰ ਜਿਹੜੇ ਇੰਡੀਆ ਤੋਂ ਇਹਨੂੰ ਕਾਲ ਆਈ ਸੀ ਇਹ ਨੰਬਰ ਤੋਂ ਇਹ ਨੰਬਰ ਹੈਗਾ ਇਹਨੇ ਇੰਡੀਆ ਦੇ ਨੰਬਰ ਤੋਂ ਕਾਲ ਕੀਤਾ ਸੀਗਾ ਹਾਂਜੀ ਇਹਨੇ ਮੈਨੂੰ ਜੋ ਕਹਿੰਦਾ ਸੀ ਮੈਂ ਇੰਡੀਆ ਆ ਜਾਣਾ ਮਿੰਨੀ ਪੈਗ ਵਾਲਾ ਨੰਬਰ ਹਾਂਜੀ ਸਰ ਬਿਨ ਪੈਗ ਵਾਲਾ ਨੰਬਰ ਤੁਸੀਂ ਲਿਆ ਬਿਨ ਪੈਗ ਵਾਲਾ ਨੰਬਰ ਬਾਸੀ ਸਾਹਿਬ ਅਸੀਂ ਡਾਇਲ ਵੀ ਕੀਤਾ ਇਹਨਾਂ ਨੂੰ ਨਾ ਉਹਨੇ ਇੱਕ ਮਤਲਬ ਕਿ ਆਪਦੇ ਆਪ ਨੂੰ ਐਂ ਸ਼ੋਅ ਕੀਤਾ ਕਿ ਮੈਂ ਡਾਕਟਰ ਹਾਂ ਇੱਥੇ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਆਪਦਾ ਨਾ ਉਹ ਵੀ ਇੱਕ ਡਾਕੂਮੈਂਟ ਵੀ ਪ੍ਰੋਵਾਈਡ ਕੀਤਾ ਜੀ ਉਹਦੇ ਵਿੱਚ ਉੱਤੇ ਉਹਨਾਂ ਦੀ ਇਨਫੋਰਮੇਸ਼ਨ ਲੱਗੀ ਹੈ ਤੇ ਥੱਲੇ ਲਿਖਿਆ ਹੋਇਆ ਰੀਜ਼ਨ ਆਫ ਡੈਥ ਵੀ ਕਾਰਨ ਕੀ ਬਣਿਆ ਡੈਥ ਦਾ ਹਨਾ ਤੇ ਉਹ ਤੁਸੀਂ ਹੱਸਣਾ ਵੀ ਜੇ ਹੁਣ ਮੈਂ ਦੱਸਾਂ ਕਾਰਨ ਬਣਿਆ ਕੀ ਹੈਗਾ ਉਹਦੇ ਵਿੱਚ ਬਸ ਮੈਂ ਸਕਰੀਨ ਤੇ ਵੇਖ ਲਾ ਚੁੱਕਿਆ ਉੱਪਰ ਲਿਖਿਆ ਜੀ ਰਮਨਪ੍ਰੀਤ ਸਿੰਘ ਡੇਟ ਆਫ ਬਰਥ ਜੇ ਬੋ ਫਲਾਣਾ ਢਮਕਾਣਾ ਨੰਬਰ ਹੈ ਕੋਟਵਾ ਦਾ ਲਿਖਿਆ ਜੀ ਤੇ ਥੱਲੇ ਲਿਖਿਆ ਐਗਜ਼ਾਮੀਨੇਸ਼ਨ ਦਾ ਸਪਰਮ ਵੀਨਸ ਇਜ਼ ਬਲੌਕਡ ਇਟਸ ਕੌਜ਼ ਆਫ ਡੈਥ ਫੋਰ ਟ੍ਰੀਟਮੈਂਟ ਨੀਡ ਮੋਰ ਐਂਡ ਮੋਰ ਮੈਂ ਕੁਝ ਕਹਿ ਨਹੀਂ ਸਕਦਾ ਜੀ ਤੁਸੀਂ ਪਤਾ ਨਹੀਂ ਕੀ ਇਹਨਾਂ ਨੂੰ ਕਿੱਦਾਂ ਗੁੱਡੀ ਤੁਸੀਂ 12 ਪੜ੍ਹੇ ਹੋ ਤੁਸੀਂ ਹਾਂਜੀ ਸਰ ਨਹੀਂ ਅੱਛਾ ਤੁਹਾਡੇ ਨਾਲ ਉਹ ਇੰਡੀਆ ਮਿਲਿਆ ਵੀ ਤੁਹਾਨੂੰ ਫਿਜ਼ੀਕਲੀ ਜਾਣ ਕੇ ਕਿ ਨਹੀਂ ਨਹੀਂ ਸਰ ਮਿਲਿਆ ਤਾਂ ਨਹੀਂ ਗਾ ਕਹਿੰਦਾ ਫੈਮਿਲੀ ਨੰਬਰ ਨੂੰ ਗਈ ਹੈ ਸਰ ਮਿਲਣਗੇ ਤੇ ਮੈਂ ਸਾਡੇ ਆਈਡੀ ਪ੍ਰੂਫ ਦੇ ਕੇ ਜਾਵਾਂ ਤੁਹਾਡੇ ਟੈਲੀਫੋਨ ਤੇ ਕਿਹੋ ਜਿਹੀ ਗੱਲਾਂ ਤੁਸੀਂ ਕਰਦੇ ਰਹੇ ਆ ਤੁਸੀਂ ਹਸਬੰਡ ਵਾਈਫ ਵਾਲੀ ਗੱਲਾਂ ਵੀ ਕਰਦੇ ਰਹੇ ਗੰਦੀਆਂ ਗੱਲਾਂ ਨਹੀਂ ਸਰ ਫਿਰ ਤੁਹਾਡਾ ਦੋਸ਼ ਕੀ ਆ ਮੈਂ ਤੁਹਾਨੂੰ ਧੋਖਾ ਦਿੱਤਾ ਤੁਹਾਡੇ ਕੋਲ ਪੈਸੇ ਲਏ ਉਹਨੇ ਦੋਸ਼ ਇਹੀ ਹੈ ਕਿ ਧੋਖਾ ਦਿੱਤਾ ਕਿਉਂ ਇਤਨਾ ਜੀ ਕੁੜੀਆਂ ਨਾਲ ਕਰਦੇ ਨਹੀਂ ਧੋਖਾ ਤੁਸੀਂ ਉਹ ਨਹੀਂ ਦਿੱਤਾ ਧੋਖਾ ਤੁਸੀਂ ਆਪ ਧੋਖੇ ਚ ਗਏ ਹੋ ਤੁਸੀਂ ਪਹਿਲਾਂ ਦੱਸੋ
ਤੁਹਾਡੇ ਕੋਲ ਫੋਟੋ ਦੀ ਕੋਈ ਹੋਇਆ ਨਹੀਂ ਗੀ, ਤੁਸੀਂ ਉਹਨੂੰ ਵੀਡੀਓ 'ਤੇ ਦੇਖਿਆ ਨਹੀਂ ਗਿਆ, ਤੁਹਾਨੂੰ ਪਿੰਡ ਦਾ ਪਤਾ ਨਹੀਂ ਗਿਆ, ਤੁਹਾਨੂੰ ਇਹ ਨਹੀਂ ਪਤਾ ਕਿਹੜੀ ਕੰਟਰੀ 'ਚ ਹੈ। ਜਦੋਂ ਤੁਸੀਂ ਫੋਨ ਕਰਦੇ ਸੀਗੇ ਤੁਸੀਂ ਆਪ ਫੋਨ ਕਰਦੇ ਸੀ, ਕਿਹੜੇ ਨੰਬਰ 'ਤੇ ਫੋਨ ਕਰਦੇ ਸੀ ਜਦੋਂ ਚੁੱਕਦਾ ਸੀ ਉਹ? ਜਦੋਂ ਤੁਸੀਂ ਗੱਲ ਕੀਤੀ ਆ, ਸਨੈਪਚੈਟ ਸ਼ੁਰੂ ਕੀਤੀ ਗੱਲ, ਮੈਂ ਹੈਰਾਨ ਫਿਰ ਤੋਂ ਆ ਕਿ ਤੁਸੀਂ ਉਹਨੂੰ ਆਪ ਹੀ ਫੋਨ ਕੀਤਾ ਇੰਡੀਆ ਤੋਂ? ਇੰਡੀਆ ਦੇ ਨੰਬਰ ਤੋਂ ਬਾਅਦ ਇਹ ਬੱਚੀ ਨੇ ਜਿਵੇਂ ਗੱਲ ਦੱਸੀ ਇਹਨਾਂ ਦੀ ਗੱਲ ਹੁੰਦੀ ਰਹੀ, ਸਾਰਾ ਕੁਝ ਸੈੱਟ ਚੱਲੀ ਜਾਂਦਾ ਜੀ। ਇਹਨਾਂ ਨੂੰ ਮੈਂ ਇਹਨੂੰ ਬੁਲਾਉਣ ਦੇ ਲਈ 9 ਲੱਖ ਰੁਪਇਆ ਫੀਸ ਭਰਤੀ। ਇਹ ਗੁੱਡੀ ਕਹਿੰਦੀ ਮੈਨੂੰ ਪਤਾ ਵੀ 9 ਲੱਖ ਨਹੀਂ, 20-25 ਹਜ਼ਾਰ ਲੱਗਦਾ ਵਿਜ਼ਟਰ ਵੀਜ਼ੇ ਦਾ ਕੈਨੇਡਾ ਦੇ ਦਾ। ਫਿਰ ਉਹ ਕਹਿੰਦਾ ਮੈਂ ਆਇਆ ਵਾਂ, ਆਪਾਂ ਮਿਲਦੇ ਹਾਂ। ਇਹਨੂੰ ਕੋਈ ਗਲਤ ਕਾਰਵਾਈ ਪਾਉਣ ਦੇ ਲਈ ਗੁੱਡੀ ਦੇ ਦੱਸਣ ਮੁਤਾਬਕ ਇਹਨੂੰ ਬਠਿੰਡੇ ਸੱਦਾ ਜੀ। ਗੁੱਡੀ ਖੁੱਲ੍ਹ ਕੇ ਦੱਸੋ, ਬਾਸੀ ਸਾਹਿਬ ਨੇ ਨਬਜ਼ ਫੜ ਲੈਣੀ ਤੁਹਾਡੀ। ਸਿੱਧੂ ਸਾਹਿਬ ਇਹ ਸਟੋਰੀ ਜਿਹੜੀ ਆ ਅਨਸੈਪਟੇਬਲ, ਇਹ ਤੇ ਬ੍ਰੌਡਕਾਸਟ ਆਪਾਂ ਕਰ ਰਹੇ ਕਿਉਂਕਿ ਇਹਨੂੰ ਕੁੜੀ ਨੂੰ ਮੈਂ ਪੁੱਛ ਰਿਹਾ ਬਾਰ ਬਾਰ ਕਿ ਇਹ ਕੁੜੀ ਇੰਡੀਆ ਤੋਂ ਕਿਹੜੇ ਨੰਬਰ ਤੇ ਉਹਨੂੰ ਫੋਨ ਕਰਦੀ ਸੀ? ਸਰ ਮੈਂ ਤੁਹਾਨੂੰ ਉਹ ਨੰਬਰ ਸੈਂਡ ਕਰ ਦੂੰਗੀ ਜਿਹੜਾ ਉਹ ਨੰਬਰ ਤੇ ਮੈਨੂੰ ਕਾਲ ਕਰਦਾ ਸੀਗਾ, ਤੇ ਉਹ 2-3 ਦਿਨ ਜਦੋਂ ਮੇਰੇ ਨਾਲ ਬਾਹਰ ਗੱਲ ਕਰਨ ਲੱਗ ਗਏ, ਮੈਨੂੰ ਕਹਿੰਦੇ ਤੇਰਾ ਆਈਡੀ ਪਰੂਫ ਬਣਾ ਦੇ, ਕਹਿੰਦੇ ਤੈਨੂੰ ਟੂਰਿਸਟ ਵੀਜ਼ਾ ਅਪਲਾਈ ਕਰਤਾ, ਹੁਣ ਮੈਂ ਇੰਡੀਆ ਆ ਰਿਹਾ। ਫਿਰ ਉਹਨੇ ਮੇਰੇ ਨਾਲ 4-5 ਮਿੰਟ ਇੰਡੀਆ ਵਾਲੇ ਨੰਬਰ ਤੇ ਆ ਕੇ ਗੱਲ ਕਰਨ ਲੱਗ ਗਏ। ਤੁਸੀਂ ਇੰਡੀਆ ਤੋਂ ਕਿਹੜੇ ਨੰਬਰ ਤੇ ਫੋਨ ਕੀਤਾ ਤੇ ਕਿੰਨੀ ਵਾਰ ਚੁੱਕਿਆ? ਸਰ ਜਿਹੜੇ ਨੰਬਰ ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਇਸੇ ਨੰਬਰ ਤੇ ਇੰਡੀਆ ਗੱਲ ਕੀਤੀ ਸੀ। ਤੁਸੀਂ ਕੀਤਾ ਸੀ ਉਹਨੂੰ ਫੋਨ? ਨਹੀਂ ਸਰ, ਉਹਨੇ ਮੈਨੂੰ ਆ ਕੇ ਕੀਤਾ। ਮੈਂ ਤੈਨੂੰ ਬਾਰ-ਬਾਰ ਪੁੱਛ ਰਿਹਾ ਆ, ਇੱਕ ਮਿੰਟ ਮਾਰ ਪੀਤਾ, ਪਲੀਜ਼ ਯੂ ਵੇਸਟਿੰਗ ਮਾਈ ਟਾਈਮ। ਮੇਰਾ ਸਵਾਲ ਹੈ ਤੁਸੀਂ ਕਿਹੜੇ ਨੰਬਰ ਤੇ ਫੋਨ ਕੀਤਾ? ਤੁਸੀਂ ਕਦੇ ਫੋਨ ਕੀਤਾ ਕੈਨੇਡਾ ਨੂੰ? ਹਾਂਜੀ ਸਰ, ਮੈਂ ਕੀਤਾ ਨੰਬਰ ਤੇ ਕਾਲ ਕੈਨੇਡਾ ਵਾਲੇ ਤੇ ਉਹ ਮੈਂ ਸਰ ਨੂੰ ਸੈਂਡ ਕਰਤਾ ਨੰਬਰ। ਤੁਸੀਂ ਜਦੋਂ ਫੋਨ ਕੀਤਾ ਉਹਨੂੰ ਚੁੱਕਿਆ ਉਹ ਨੰਬਰ ਤੇ? ਹਾਂਜੀ ਸਰ, ਚੱਕਿਆ ਸੀ, ਉਹਨਾਂ ਗੱਲ ਕੀਤੀ ਆ। ਉਸ ਨੰਬਰ ਹੋਲਡ ਆ ਮਾਸ ਸਕਦੇ ਤੁਸੀਂ ਤਾਂ ਕਿਹੜੇ ਨੰਬਰ ਗੱਲ ਕੀਤਾ ਇਦਾਂ? ਉਹ ਡਾਕੂ ਟੇਕ ਸੀਰੀਅਸ ਪੀਸ ਛੁੱਟ ਗਿਆ, ਜਨੇ ਪੈਗ ਵਾਲਾ ਨੰਬਰ ਡਾਇਲ ਕੀਤਾ ਜੀ, ਉਹ ਘੰਟੀਆਂ ਵੱਜ ਰਹੀਆਂ, ਚੱਕ ਕੋਈ ਨਹੀਂ ਰਿਹਾ। ਡਾਇਲ ਫੇਰ ਕਰੋ ਉਹਨੂੰ ਇਦਾਂ, ਲਗਾਤਾਰ ਵੱਜ ਰਹੀਆਂ ਜੀ। ਇਹ ਕੀ ਸ਼ੋਅ ਕਰ ਰਿਹਾ, ਟਰੂ ਆਈਡੀ ਕੀ ਸ਼ੋਅ ਕਰ ਰਹੀ ਆ? ਉਹ ਨਹੀਂ ਚੈੱਕ ਕੀਤੀ, ਬਸ ਸਭ ਚੈੱਕ ਕਰ ਲੈਣੇ ਜੀ। ਓਕੇ, ਤੇ ਉਹਨਾਂ ਜਿਹੜਾ ਇੰਡੀਆ ਵਾਲਾ ਨੰਬਰ ਜਿਹੜਾ ਕੀਤਾ ਆ ਉਹ ਨੰਬਰ ਤੁਹਾਡੇ ਕੋਲ ਹੈ? ਹਾਂਜੀ ਸਰ ਹੈਗਾ, ਮੈਂ ਸੈਂਡ ਕਰ ਦਿੰਦੀ ਆ। ਓਕੇ ਸੈਂਡ ਕਰੋ, ਅਸੀਂ ਵਾਪਸ ਆ ਰਹੇ ਹਾਂ ਔਰ ਸੇਮ ਟਾਈਮ ਤੇ ਇਹਦਾ ਨੰਬਰ ਭੇਜ ਦਿੰਦੇ ਔਰ ਆਪਣੇ ਫਰੈਂਡਸ ਵਿੱਚੋਂ ਲੈ ਕੇ ਜਿੱਥੇ ਕਿ ਬਹੁਤ ਵੱਡੀ ਸੇਲ ਜਿਹੜੀ ਹੈ ਆਲਰੇਡੀ ਸ਼ੁਰੂ ਹੋ ਚੁੱਕੀ ਹੈ। ਮਨਪ੍ਰੀਤ ਨੰਬਰ ਜਿਹੜਾ ਇਹਨੇ ਦਿੱਤਾ ਜੀ ਉਹ ਨਹੀਂ ਲੱਗ ਰਿਹਾ। ਜਿਹੜਾ ਲੜਕਾ ਤੁਹਾਡੇ ਨਾਲ ਗੱਲ ਕਰਦਾ ਰਿਹਾ ਸਨੈਪਚੈਟ ਤੇ, ਉਹਨੇ ਤੁਹਾਨੂੰ ਕੀ ਆਫਰ ਦਿੱਤਾ ਕਿ ਤੈਨੂੰ ਮੈਂ ਕੈਨੇਡਾ ਮੰਗਾ ਲੈਣਾ ਵਿਜ਼ਟਰ ਵੀਜ਼ੇ ਤੇ, ਫਿਰ ਆਪਾਂ ਵਿਆਹ ਕਰਾਵਾਂਗੇ? ਹਾਂਜੀ ਸਰ, ਇਹਨੇ ਇਹ ਕਿਹਾ ਸੀ। ਅੱਛਾ, ਉਹਦੀ ਉਮਰ ਕਿੰਨੀ ਆ? 22 ਸਾਲ ਦੀ ਸਰ। 22 ਸਾਲ ਦੀ ਹੈ। ਰੌਲਾ ਕਿੱਥੇ ਪਿਆ ਤੁਹਾਡਾ? ਤੁਹਾਡੀ ਮਤਲਬ ਗੱਲਬਾਤ ਹੁੰਦੀ ਰਹੀ, ਮਹੀਨਾ ਗੱਲ ਹੋਈ ਆ, ਮਹੀਨੇ ਵਿੱਚ ਰੌਲਾ ਪੈ ਗਿਆ। ਤੁਹਾਨੂੰ ਮਹੀਨੇ ਵਿੱਚ ਕੋਈ ਗਿਫਟ ਵੀ ਭੇਜਿਆ, ਕੋਈ ਕੈਸ਼ ਪੈਸੇ ਭੇਜੇ, 4-5-6-7 ਹਜ਼ਾਰ? ਕੁਛ ਨਹੀਂ, ਕੋਈ ਗਿਫਟ ਕੋਈ ਪੈਸੇ ਨਹੀਂ ਪਾਏ ਗਏ। ਤਾਂ ਤੂੰ ਮੰਗਦਾ ਵੀ ਸੀ ਕੋਈ ਪੈਸੇ? ਨਹੀਂ ਸਰ, ਮੈਂ ਕੁਛ ਨਹੀਂ ਮੰਗਿਆ। ਉਹਨੇ ਮੰਗਿਆ ਤੁਹਾਡੇ ਕੋਲ ਕੁਛ? ਨਹੀਂ ਸਰ। ਮਹੀਨਾ ਉਹਨੇ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਟੈਲੀਮੀਟਰੂ? ਹਾਂਜੀ ਸਰ, ਉਹ ਨਾ ਮੇਰੇ ਲਈ ਗਲਤ ਸਟੈਪ ਚੱਕਣ ਲਈ ਮੈਨੂੰ ਕਹਿੰਦਾ ਸੀਗਾ, ਬਟ ਮੈਂ ਕਹਿੰਦੀ ਨਹੀਂ, ਮੈਂ ਬੇ ਮੈਰਿਜ ਪਹਿਲਾਂ ਇਹ ਕੁਛ ਨਹੀਂ ਕਰਨਾ। ਗਲਤ ਸਟੈਪ ਕੀ? ਮੈਨੂੰ ਓਪਨ ਕਰੋ ਤਾਂ ਕਿ ਅਸੀਂ ਪੁਲਿਸ ਦੱਸਣਾ ਹੈ। ਗਲਤ ਸਟੈਪ ਕੀ? ਔਰ ਕਹਿੰਦਾ ਪਾਪ ਸੀ, ਤੁਸੀਂ ਆਪਣੀ ਆਪਣਾ ਸਰੀਰ ਦਿਖਾਓ ਮੈਨੂੰ। ਨਹੀਂ ਸਰ, ਉਹ ਮੇਰਾ ਨਹੀਂ ਕਹਿੰਦਾ ਸੀ, ਮੈਨੂੰ ਕਹਿੰਦਾ ਬਠਿੰਡਾ ਦੇ ਨਾਲ ਆਈਡੀ ਪਰੂਫ ਦੇ ਨਾਲ ਮਿਲ ਕੇ ਦੇ ਕਹਿੰਦਾ ਸੀ। ਹਾਂਜੀ, ਕੀ ਕਹਿੰਦਾ ਸੀ ਮਨਪ੍ਰੀਤ? ਕੀ ਉਹ ਕਹਿੰਦਾ ਸੀ? ਨਾਲੇ ਆਈਡੀ ਪਰੂਫ ਦੇ ਗਿਆ, ਨਾਲੇ ਕਹਿੰਦਾ ਸੀ ਮਿਲ ਕੇ ਗਿਆ। ਕਹਿੰਦਾ ਕਹਿੰਦਾ ਆਈਡੀ ਪਰੂਫ ਦੇ ਨਾਲ ਕੇ ਮਿਲ ਕੇ ਜਾ? ਕਿੱਥੇ ਮਿਲ ਕੇ ਜਾ? ਬਠਿੰਡੇ ਸਰ। ਮਿਲ ਕੇ ਜਾ ਮਤਲਬ ਉਹ ਇੰਡੀਆ ਹੀ ਆ ਮੁੰਡਾ? ਹਾਂਜੀ ਸਰ। ਕੈਨੇਡਾ ਨਹੀਂ, ਉਹ ਇੰਡੀਆ ਆ ਉਹ? ਫਿਰ ਉਹ ਸਰ ਪਹਿਲਾਂ ਮੈਨੂੰ ਕੈਨੇਡਾ ਨੰਬਰ ਤੋਂ ਕਾਲ ਕਰਦੇ ਸੀ, 3-4 ਦਿਨ ਬਾਅਦ ਮੈਨੂੰ ਆ ਕੇ ਕਹਿੰਦਾ ਨਾ ਮੈਂ ਵੀ ਇੰਡੀਆ ਆ ਗਿਆ। ਕਹਿੰਦਾ ਵੀ ਮਤਲਬ ਕਿ ਮੈਂ ਤੇਰੇ ਆਈਡੀ ਪਰੂਫ, ਕਹਿੰਦਾ ਅੰਬੈਸੀ ਚ ਦਿਖਾਊਗਾ ਤੂੰ ਉਹਦੇ ਆਈਡੀ ਪਰੂਫ ਦੇ ਕੇ ਜਾ, ਕਹਿੰਦਾ ਕਾਪੀ ਕਰਾ ਕੇ ਉਹਨਾਂ ਤੋਂ ਸੈਨ ਕਰ। ਤੈਨੂੰ ਕਹਿੰਦਾ ਜਦੋਂ ਮਿਲ ਕੇ ਜਾ, ਕਿੰਨੇ ਵਜੇ ਫੋਨ ਆਇਆ ਸੀ ਉਹਦਾ? ਆਈਡੀਆ ਕੋਈ 7-8-9 ਵਜੇ? 11-12 ਵਜੇ ਸਰ। 11-12 ਵਜੇ ਆਈ ਹੈ ਸਰ? ਦੁਪਹਿਰ ਦੇ ਸਮੇਂ ਫੋਨ ਆਇਆ ਆ?
ਹਾਂਜੀ ਸਰ ਤੁਸੀਂ ਜੋ ਕਹਿ ਰਹੇ ਸੱਚ ਕਹਿ ਰਹੇ ਹੋ ਕਿਸੇ ਨੂੰ ਬਦਨਾਮ ਤਾਂ ਨਹੀਂ ਕਰ ਰਹੇ ਨਹੀਂ ਨਹੀਂ ਸਰ ਮੈਂ ਝੂਠ ਨਹੀਂ ਬੋਲੀ ਨਹੀਂ ਤੁਹਾਨੂੰ ਕਿਤੇ ਪਤਾ ਉਹਦਾ ਨਾਂ ਰੋਬਨ ਪ੍ਰੀਤ ਹੈ बेटा तू गल समझ रही मेरे कहने भाव ये जो रोबन प्रीत है तो तू वीडियो गल क्यों नहीं की बर्बाद की टाइम वेस्ट किया तू बेटा यह कलहने तू क्यों टाइम वेस्ट किया पुत मैं टूरिस्ट बुला लेना सारे पैसे मैं तू जान दी है नहीं गी स्नैपचैट से गल हुई है महीने तेन कनेडा मंगा लेंदा आईडी तक है नहीं गई थर्ड कार तेन पता नहीं गा तू तू सियानी होंगी तू वीडियो राही देख दी सो हम अस कि पढ़ सकते हैं हम इंडिया आके तेन कहना से कि तू पुछना से कितने सर दस तेन बठिंडे कितने कि होटल च मोटल च रेस्टोरेंट च किसी घर कितने सर दस रेस्टोरेंट रेस्टोरेंट नाल रेस्टोरेंट का नहीं तो दसा होगा कि इस रेस्टोरेंट चाहिए ना तो लिया होगा बठिंडे शहर बठिंडे कदों आया पुछना सीगा किन्ने दिन बाद तेन फोन आया सी जो कैनेडा च फोन नहीं आया तो इंडिया के नंबर तो आया तो किन्ने दिन बाद आया नहीं सर दूजे दिन ही कॉल आ गई जिम्मे कहना मैं अज चढ़ पिया अगले दिन ही मैंने कॉल ला दी कहना मैं इंडिया आ गया कि आ के हुण मिल ला हाँ जी तो तेन कहना सी मैं इंडिया आ रहा है हाँ जी तेन विस्ट वीजा दवा के नाल ले जूंगा हाँ जी सर आई क्या सी तेन कहना मैं ब्याह करूंगा पहले तेन नहीं मैंने कहना भी टूरिस्ट वीजे तेन तेन बहर लेगी फिर उधर जाके मैरिज कराऊंगा उधर मैरिज कराऊंगा ਨੰਬਰ 4 ਜਸਪ੍ਰੀਤ ਹੈ ਤੁਸੀਂ ਸਟੋਰੀ ਸੁਣੀ ਹੈ ਬੜੀ ਅਜੀਬ ਸਟੋਰੀ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਮੈਨੂੰ ਨਾ ਇਹ ਸਟੋਰੀ ਦੇ ਥੋੜਾ ਕਨਫਿਊਜ਼ਨ ਲੱਗਦੀ ਜੀ ਕੁੜੀ ਨੇ ਜਦੋਂ ਵੀਡੀਓ ਕਾਲ ਵੀ ਨਹੀਂ ਕਰੀ ਉਹਨੂੰ ਮਿਲੀ ਵੀ ਨਹੀਂ ਫਿਰ ਸਟੋਰੀ ਲੈ ਕੇ ਇਹਦਾ ਮਤਲਬ ਕੀ ਹੈ ਜੀ ਉਹ ਬਾਹਰ ਜਾਣਾ ਚਾਹੁੰਦੀ ਸੀ ਜੀ ਮੇਰੇ ਹਿਸਾਬ ਨਾਲ ਜੀ ਮੁੰਡੇ ਨਾਲ ਜੀ ਉਹ ਮੁੰਡਾ ਲਾਰੇ ਲਾਉਂਦਾ ਸੀ ਬਸ ਜੀ ਸਟੋਰੀ ਕੋਈ ਗੱਲ ਬਣਦੀ ਨਹੀਂ ਮੈਂ ਉਹ ਤਾਂ ਬਾਰ ਬਾਰ ਕਹਿ ਰਿਹਾ ਕਿ ਇਹ ਨੌਨਸੈਂਸ ਮਤਲਬ ਲੇਡੀ ਆ ਮੈਂ ਨੌਨਸੈਂਸ ਕਹੂੰਗਾ ਹੁਣ ਫੋਨ ਕੱਟ ਗਈ ਆ ਔਰ ਸੰਨਾ ਵਾਦਾ ਕਰਕੇ और उस बार फोटो भेज के डिलीट कर गई है सुस साहब उन्होंने कह दिया कि डिलीट ये की स्टोरियां सारी फोटो ला लेंगे ने सर वापस कॉल करो ये थ्रेट नहीं है ये उन्होंने दसो कि साडा कानून के मुताबिक कि हम फोटो भेज के सानू डिलीट कर गई है वो लड़की इस वे कह रही है जी कहती कि मेरे मम्मी डैडी मेरे को आ गए मैं नहीं गल कर नहीं सकती इस वे गल नहीं कर सकती कहती मेरे घर नहीं पता सी कहती मैं थोड़े नाल गल कर रही थी बिलकुल जी कर रहे फॉलो अप कर रहे जी मतलब लगातार गल बात जी चल रही है बाद डिलीट करते मतलब कि इतनी स्मार्ट है कुड़ी
ਔਰ ਅਸੀਂ ਇਹਦੀ ਸੰਪਰਕ ਵਿੱਚ ਆਉਣ ਤੋਂ ਬਾਅਦ ਅਸੀਂ ਇਹਦੀ ਸਟੋਰੀ ਅਗਰ ਜੇ ਨਾ ਗੜਬੜ ਕੀਤੀ ਤਾਂ ਅਸੀਂ ਇਹਦੀ ਤਸਵੀਰ ਸਾਡੇ ਕੋਲ ਹੈ ਅਸੀਂ ਉਹ ਵੀਡੀਓ ਰਾਹੀਂ ਦੇਖੀ ਅਸੀਂ ਟੈਲੀਕਾਸਟ ਕਰ ਦਾਂਗੇ ਕਿ ਇਹ ਕੁੜੀ ਸੀ ਜਿਹਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਔਰ ਅਸੀਂ ਕੱਚੇ ਪੈਰੀ ਨਹੀਂ ਖੇਡਦੇ ਪੱਕੇ ਪੈਰੀ ਖੇਡਦੇ ਹਾਂ ਹਾਂਜੀ ਸਰ ਜੇ ਕੋਰਟ ਪੁੱਛੇ ਤਾਂ ਅਸੀਂ ਰੈਡੀ ਹੈ ਸ਼ੋ ਕਰਨ ਨੂੰ ਕਿ ਸਾਡੇ ਪਾਸ ਆਈ ਡੀ ਹੈ ਸਾਡੇ ਪਾਸ ਨੰਬਰ ਹੈ ਸਾਡੇ ਪਾਸ ਵੀਡੀਓ ਰਾਹੀਂ ਅਸੀਂ ਦੇਖ ਚੁੱਕੇ ਹਾਂ ਕੁੜੀ ਨੂੰ ਸੇਮ ਫੋਟੋ ਸਾਡੀ ਭੇਜੀ ਹੈ ਹਾਂਜੀ ਨੰਬਰ 1 ਕਾਲਰ ਲਾਈਨ ਤੇ ਹੋ ਬਾਸੀ ਸਾਹਿਬ ਜਦੋਂ ਸਟੋਰੀ ਸ਼ੁਰੂ ਕੀਤੀ ਹੈ ਮੈਂ ਸੁਣ ਰਿਹਾ ਕੈਟਾਗਰੀ ਚ ਬੈਠਾ ਇਹਨੇ ਬੇਟੀ ਨੇ ਦੇਖੋ ਕੋਈ ਪੈਸੇ ਟੁੱਕਦਾ ਇਹਦੇ ਨਾਲ ਹੇਰਾ ਫੇਰੀ ਨੀ ਹੋਈ ਕੁਛ ਮੁੰਡਾ ਨਾ ਹੁਣ ਤਾਂ ਮੈਂ ਸਿਆਣਾ ਬਹਿਣਾ ਕੀ ਕਹਾ ਮੁੰਡਾ ਕੋਈ ਠਾਰਕ ਬੋਲਣਾ ਚਾਹੁੰਦਾ ਸੀਗਾ ਪਰ ਆਪਣਾ ਟਾਈਮ ਉਹਨੇ ਖਰਾਬ ਕੀਤਾ ਜਿਹੜੇ ਸਿੱਧੂ ਸਾਹਿਬ ਬੜੇ ਸਿਆਣੇ ਆ ਸਿੱਧੂ ਸਾਹਿਬ ਤੁਹਾਡੇ ਨਾਲ ਪਹਿਲਾਂ ਸੰਪਰਕ ਕਰਦੇ ਰਹਿੰਦੇ ਲੋਕ ਉਹਨਾਂ ਦੀ ਛਾਲਮੀਨ ਕਰਕੇ ਮੇਰਾ ਵੀਰ ਛੋਟਾ ਵੀਰ ਨਾ ਦੇਖ ਕੇ ਫਿਰ ਆਪਾਂ ਲਿਆ ਕਰੀਏ ਆਪਣਾ ਟਾਈਮ ਕਿਉਂ ਉਹਨੇ ਲੜਕੀ ਨੇ ਖਰਾਬ ਕੀਤਾ ਕੋਈ ਪੈਸੇ ਜੀ ਕੁਛ ਨੀ ਹੋਇਆ ਹੁਣ ਉਹ ਕਹਿੰਦੀ ਮੇਰੇ ਬਾਪ ਪਿਓ ਨੇ ਡਿਆ ਰਾਤ ਦਾ ਟਾਈਮ ਆ ਜੀ ਉੱਥੇ ਇਹਦਾ ਲੜਕੀ ਸਾਰਾ ਸਾਰ ਝੂਠ ਬੋਲਦੀ ਆ ਬਾਸੀ ਸਾਹਿਬ ਆਪਣਾ ਟਾਈਮ ਉਹਨੇ ਖਰਾਬ ਕੀਤਾ ਮੈਂ ਕਹਿੰਦਾ ਕੋਈ ਨਾ ਸਾਡੇ ਆਪਣੇ ਚੈਨਲ ਤੇ ਆ ਕੇ ਇੱਦਾਂ ਨਾ ਕਰੋ ਕੋਈ ਸਟੋਰੀ ਕੋਈ ਸੱਚੀ ਲੈ ਕੇ ਆਵੋ ਤਾਂ ਕਿ ਤੁਹਾਨੂੰ ਪਤਾ ਵੀ ਇਹਦੇ ਕਿੰਨੇ ਖਰਚੇ ਨੇ ਮੈਂ ਕਿੰਨਾ ਕੁਛ ਕਹਿ ਰਿਹਾ ਇੱਥੇ ਬੈਠਾ ਬਾਕੀ ਸਾਡਾ ਅਲਤਾਫ ਜਿਆਲਾ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਪਬਲਿਕ ਦੱਸੇ ਕਿ ਸਾਨੂੰ ਇਹਨਾਂ ਹਾਲਾਤਾਂ ਵਿੱਚ ਜਦੋਂ ਸਟੋਰੀ ਪੇਸ਼ ਕਰਦੇ ਹਾਂ ਤਾਂ ਆਹ ਕੁਛ ਲੋਕ ਕਰਦੇ ਨੇ ਸਾਡੇ ਨਾਲ ਵੀ ਆਹ ਕੁਛ ਕਰਦੇ ਨੇ ਸਾਡੇ ਨਾਲ ਵੀ ਫਰਾਡ ਕਰਦੇ ਆ ਇਹ ਪੂਰੀ ਫਰਾਡ ਕਰਨ ਵਾਲੀ ਕੁੜੀ ਇਹ ਨੰਬਰ 3 ਕਾਲਰ ਪੀਸ ਫੇਕ ਨੰਬਰ ਨਿਕਲ ਜਾਂਦੇ ਕੈਨੇਡਾ ਅਮਰੀਕਾ ਦੇ ਉਹ ਹੁਣ ਇੰਡੀਆ ਹੀ ਬੈਠਾ ਆ ਤੇ ਉਹਨੇ ਉਹ ਐਪ ਤੋਂ ਨੰਬਰ ਕੱਢ ਕੇ ਫੋਨ ਫਾਨ ਕਰ ਦਿੱਤਾ ਇੰਨੇ ਵਿੱਚ ਹੋ ਗਿਆ ਹੁਣ ਲੈ ਮੈਨੂੰ ਕੈਨੇਡਾ ਤੋਂ ਫੋਨ ਆਇਆ ਤੇ ਹੁਣ ਬਸ ਬੱਲੇ ਬੱਲੇ ਹੀ ਆ ਕੈਨੇਡਾ ਹੋ ਜਾਣੀ ਆ ਆਪਣੇ ਬੰਦਿਆਂ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇੰਨਾ ਵੀ ਕੈਨੇਡਾ ਪਿੱਛੇ ਲੱਗ ਕੇ ਕੋਈ ਪੈਸੇ ਦੇਈ ਜਾਂਦਾ ਕੋਈ 50,000 ਲੱਖ ਨੀ ਦੇਖਦੇ ਇੱਦਾਂ ਫੜਾਈ ਜਾਂਦੇ ਆ ਥੋੜਾ ਜਿਹਾ ਇੰਨਾ ਸ਼ੋਅ ਤੁਹਾਡਾ ਉੱਥੇ ਪਾਪੂਲਰ ਆ ਲੋਕੀ ਇੰਨਾ ਦੇਖੀ ਜਾਣ ਸਗੋਂ ਸਿੱਖਣ ਹੀ ਕੁਛ ਯਾਰ ਕਿੱਦਾਂ ਹੁੰਦੀ ਪਈ ਆ ਇੰਨੀ ਠੱਗੀ ਚੱਲਦੀ ਪਈ ਨੋ ਡਾਊਟ ਇਹ ਕੁੜੀ ਦੇ ਨਾਲ ਹੋਈ ਤਾਂ ਠੱਗੀ ਆ ਕੁੜੀ ਕਈ ਵਾਰੀ ਹੁੰਦਾ ਬੰਦੇ ਨਾਲ ਹਾਦਸਾ ਹੋਇਆ ਹੁੰਦਾ ਬੰਦੇ ਨੂੰ ਦੱਸਣਾ ਨੀ ਆਉਂਦਾ ਹੁੰਦਾ ਗਾ ਹੋਰ ਟੀਵੀ ਤੇ ਦਿਖਾਉਂਦਾ ਗਾ ਉਹਨੇ ਬੰਦੇ ਨੇ ਇਹਨੂੰ ਗੁੱਡੀ ਨੂੰ ਕਿਹਾ ਕਹਿੰਦਾ ਕਿ ਮੈਂ ਨਾ ਤੈਨੂੰ ਇੰਨੀ ਮੋਹ ਮੁਹੱਬਤ ਕਰਦਾ ਮੈਂ ਤੇਰੇ ਥਾਂ ਤੇ ਫੀਸ ਵੀ ਪੇ ਕਰਤੀ ਜਿਹੜੀ ਕੈਨੇਡਾ ਦੀ ਆ 9,00,000 ਰੁਪਇਆ ਤੇਰਾ ਵਿਜ਼ਟ ਵੀਜ਼ਾ ਲਵਾਉਣ ਵਾਸਤੇ ਫੀਸ ਉਹਨੇ 9,00,000 ਰੁਪਇਆ ਪੇਟੀਐਮ ਕੀਤੀ ਹੈ ਤੇ ਪੇਟੀਐਮ ਕਰਨ ਲੱਗੇ ਨੇ ਉਹਨੇ ਉਹਦੇ ਉੱਤੇ ਦੇਖੋ ਜੀ ਆ ਸਕਰੀਨ ਤੇ ਆ ਰਿਹਾ ਹੈਗਾ ਉਹਦੇ ਉੱਤੇ ਲਿਖਿਆ ਕਿ ਸੈਂਟ ਸਕਸੈਸਫੁਲੀ ਟੂ ਹਾਈ ਕਮਿਸ਼ਨ ਆਟਵਾ ਵੀ ਹਾਈ ਕਮਿਸ਼ਨ ਨੂੰ ਇੱਦਾਂ ਤੂੰ ਫੀਸ ਫੀਸ ਭੇਜਣੀ ਹੈ ਉਹ ਆਪਦੇ ਉਹ ਵੀ ਪਤਾ ਕੀ ਹੋਣਾ ਪੇਂਡੂ ਹੋਣਾ ਕੋਈ ਕਰਸ਼ ਕਰੁਸ਼ ਹੋਣਾ ਇਹਦਾ ਹਨਾ ਸਮਝਦੇ ਤੁਸੀਂ ਬਾਕੀ ਉਨੀ ਕੁ ਦਿਮਾਗ ਜਿਹੜੀ ਆਪਣੀ ਤੁਹਾਡੇ ਏਰੀਆ ਵੱਲ ਨਾ ਕੋਈ ਜ਼ਿਆਦਾ ਹੀ ਸਟੈਂਡ ਚੱਲ ਪਿਆ ਕੈਨੇਡਾ ਦਾ ਮਾੜਾ ਜਿਹਾ ਉੱਧਰ ਦੇਖੋ ਕੁਛ ਹੱਲ ਕਰੋ ਉਹਨਾਂ ਦਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਆਏ ਆ ਪਹਿਲਾਂ ਤਾਂ ਜ਼ਮੀਨਾਂ ਵੀ ਮੁੰਡਾ ਕਾਫੀ ਸੀਗੀਆਂ ਜੀ ਸੋ ਅੱਜ ਵੀ ਹੈਗੀਆਂ ਨੇ ਜਿੱਦਾਂ ਦੁਆਬੇ ਵਾਲੀ ਉੱਧਰ ਪਹਿਲਾਂ ਆ ਗਏ ਸੀਗੇ ਲੋਕ ਹੁਣ ਪਹਿਲਾਂ ਸੀਗਾ ਪਰ ਹੁਣ ਥੋੜਾ ਜਿਹਾ ਇੱਧਰ ਕੈਨੇਡਾ ਵਾਲੇ ਪਾਸੇ ਨੂੰ ਚੱਲ ਪਿਆ ਮਾੜੀ ਗੱਲ ਆ ਮੈਂ ਤਾਂ ਇਹ ਆਪ ਵੀ ਕਹਿੰਦਾ ਕਿ ਕੀ ਹੋ ਗਿਆ 2-3 ਦਿਨ ਹੋ ਗਏ ਸਾਡੇ ਵਾਲੇ ਪਾਸੇ ਗਲਤ ਡਾਕੂਮੈਂਟਾਂ ਵਾਲੀਆਂ ਸਟੋਰੀਆਂ ਹੀ ਆ ਗਈਆਂ ਸੋ ਬੁਰੀ ਗੱਲ ਲੱਗਦੀ ਨਹੀਂ ਯਾਰ ਕੈਨੇਡਾ ਲਈ ਤਾਂ ਕੁਝ ਦੇਖਣ ਹੀ ਨਹੀਂ ਕਹਿੰਦੇ ਜੋ ਮਰਜ਼ੀ ਲੈ ਜਾਓ ਕੈਨੇਡਾ ਲਈ ਤਾਂ ਸੋ ਮਾੜੀ ਗੱਲ ਆ ਜੀ ਇਹ ਜਿਆਦਾ ਹੋਣਾ ਚਾਹੀਦਾ ਵੀ ਐਦਾਂ ਇੰਨੇ ਭੋਲੇ ਲੋਕ ਪੰਜਾਬ 'ਚ ਵੱਸਦੇ ਨੇ ਕਿ ਐਦਾਂ ਦੀਆਂ ਉਹੀ ਜਾਲੀ ਚੀਜ਼ਾਂ ਬਣਾਉਣਾ ਦਿਖਾਈ ਜਾਂਦੇ ਆ ਤੇ ਦੂਸਰੀ ਇੱਕ ਅਪਡੇਟ ਉਹ ਵੀ ਦੇ ਦਈਏ ਜੀ ਜਿਹੜੀ ਸਟੋਰੀ ਕਵਰ ਕਰ ਰਹੇ ਸੀ ਨਾ ਆਪਾਂ 3-4 ਦਿਨਾਂ ਤੋਂ ਬਸ ਸਾਹਿਬ ਜਿਹੜੀ ਉਹ ਭਗਤੇ ਵਾਲੀ AK ILETS ਸਮਥਿੰਗ ਦੀ ਕੁਛ ਉਹਦੇ 'ਚ ਅਪਡੇਟ ਆਈ ਆ ਜਿਹੜਾ ਉਹ ਮੁੰਡਾ ਹਰਮਨਦੀਪ ਆ ਉਹਦੇ ਪਿਤਾ ਸ਼੍ਰੀ 2012 ਦੇ ਵਿੱਚ ਜਾਲੀ ਰੁਪਈਏ ਨਹੀਂ ਨੋਟ ਨਹੀਂ ਜਾਲੀ ਡਾਲਰ ਛਾਪਦੇ ਕੇਸ ਚੱਲਿਆ ਉਹਨਾਂ 'ਤੇ ਬਾਸੀ ਸਾਹਿਬ ਉਹ ਮੁੰਡੇ ਦੇ ਫਾਦਰ 'ਤੇ ਇੱਕ ਉਹਨਾਂ ਨਾਲ ਕੋਈ ਪਾਕਿਸਤਾਨ ਤੋਂ ਕਿਸੇ ਹੋਰ ਦੇਸ਼ ਤੋਂ ਬੰਦਾ ਕਨੈਕਟਡ ਸੀ ਅਤੇ ਉਹਨਾਂ ਨੂੰ ਇੰਡੀਆ ਦੀ ਹਾਇਰ ਅਥਾਰਟੀ ਨੇ ਫਿਰ ਉਹਨਾਂ ਨੂੰ ਚੱਕਿਆ ਬਹੁਤ ਵੱਡੇ ਲੈਵਲ 'ਤੇ ਪੁੱਛਗਿੱਛ ਹੋਈ ਉਹਨਾਂ 'ਤੇ ਕੇਸ ਹੋਏ ਜੀ ਅਤੇ ਇਹਦੇ ਵਿੱਚ ਆਇਲਸ ਦੇ ਪੇਪਰ ਕਢਾਉਣ ਤੋਂ ਲੈ ਕੇ ਜਦੋਂ ਆਇਲਸ ਦੇ ਪੇਪਰ ਫੜੇ ਜਾਣ ਲੱਗ ਗਏ ਕਿ ਫੇਕ ਹੀ ਆ ਗਏ ਉਦੋਂ ਬਾਅਦ 'ਚ ਇਹਨਾਂ ਨੇ ਤਰਕੀਬ ਲੜਾਈ ਕਿ ਫਾਈਲਾਂ ਆਪਾਂ ਆਪ ਹੀ ਲਾ ਦੇਵਾਂਗੇ ਸੋ ਉਹ ਬਹੁਤ ਜੜ ਤੱਕ ਉਹਦੇ ਸਾਡੀ ਟੀਮ ਪਹੁੰਚ ਚੁੱਕੀ ਹੈ ਜੀ ਕੇਸ ਦੇ ਉਹ ਸ਼ੁਰੂ ਤੋਂ ਹੀ ਆਹ ਕੁਛ ਚੱਲੀ ਆਉਂਦਾ ਉਹਨਾਂ ਦੇ ਚਲੋ ਬਹੁਤ ਵਧੀਆ ਬਾਈ ਜੀ ਬਹੁਤ ਸ਼ੁਕਰੀਆ ਹੁਣ ਅਸੀਂ ਇਸ ਸਟੋਰੀ ਨੂੰ ਇੱਥੇ ਹੀ ਪੌਜ਼ ਕਰਦੇ ਹਾਂ ਸਟੋਪ ਨਹੀਂ ਕਰਦੇ ਔਰ ਅਸੀਂ ਕੁਝ
ਇਨਵੈਸਟੀਗੇਟ ਕਰਦੇ ਹਾਂ, ਉਸ ਤੋਂ ਬਾਅਦ ਦੇਖਦੇ ਹਾਂ ਕਿ ਇਹ ਕੁੜੀ ਇਹਨੇ ਸਾਡੇ ਨਾਲ ਕਿਸੇ ਕਿਸਮ ਦਾ ਫਰੋਡ ਵੀ ਕੀਤਾ ਨੋ ਡਾਊਟ। ਔਰ ਦੂਜੇ ਪਾਸੇ ਮੈਂ ਹੈਰਾਨ ਹਾਂ ਕਿ 26 ਸਾਲ ਦੀ ਕਲੇਮ ਕਰਦੀ ਹੈ ਔਰ ਅਨਮੈਰਿਡ ਦੱਸਦੀ ਹੈ, ਇਹ ਕਿਵੇਂ ਹੋ ਸਕਦਾ ਕਿ ਤੂੰ ਫੋਟੋ 'ਤੇ ਹੀ ਸਭ ਕੁਝ ਦੇਖ ਰਹੀ ਹੋਵੇ, ਉਹਦੇ ਨਾਲ ਗੱਲਬਾਤ ਵੀਡੀਓ 'ਤੇ ਕਿਉਂ ਨਾ ਕੀਤੀ ਹੋਵੇ? ਫਰ ਸ਼ੋਰ ਕਿ ਵੀਡੀਓ 'ਤੇ ਕੰਮ ਤੋਂ ਬਗੈਰ ਤੂੰ ਗੱਲਾਂ ਕਰੀ ਜਾਂਦੀਆਂ, ਸੋ ਉਹਨੂੰ ਰਾਈਟ ਵੀ ਡਰੋਪ ਕਰਨਾ ਚਾਹੀਦਾ ਸੀ ਫੋਨ। ਤੁਸੀਂ ਜਦੋਂ ਗੱਲਬਾਤ ਕਰਦੇ ਹੋ ਤੁਸੀਂ ਬੰਦੇ ਨੂੰ ਜਾਣਦੇ ਨਹੀਂ ਗੇ, ਤੁਹਾਡਾ ਫਸਟ ਸਟੈਪ ਹੈ ਕਿ ਤੁਸੀਂ ਉਹਨੂੰ ਵੀਡੀਓ 'ਤੇ ਲਾਓ, ਆਓ ਵੀਡੀਓ 'ਤੇ ਆਓ, ਤੁਸੀਂ ਉਹੀ ਬੰਦੇ ਆ, ਫਿਰ ਉਹਦੀ ਆਈਡੀ ਚੈੱਕ ਕਰੋ ਕਿ ਤੁਹਾਨੂੰ ਆਪਣੀ ਆਈਡੀ ਭੇਜ। ਗਾਂ ਵਾਲੇ ਵੀ ਨਵੇਂ ਆਸ਼ਕਾਂ ਨੂੰ ਜਿਹੜੇ ਆਸ਼ਕੀ ਖੇਤਰ ਵਿੱਚ ਪੈਰ ਰੱਖ ਰਹੇ ਨੇ ਜਾਂ ਉਮਰ ਹੈ, ਔਰ ਤੁਸੀਂ ਜੇ ਸੱਚੇ ਆਸ਼ਕ ਹੋ ਔਰ ਪਿਆਰ ਮੁਹੱਬਤ ਕਰਨਾ ਕੋਈ ਪਾਪ ਨਹੀਂ ਹੈ, ਗਰਾਹ ਨਹੀਂ, ਕਿਸੇ ਦੇਸ਼ ਦਾ ਕਾਨੂੰਨ ਨਹੀਂ ਹੈ ਕਿ ਤੁਸੀਂ ਪਿਆਰ ਨਹੀਂ ਕਰ ਸਕਦੇ। ਕੋਈ ਵੀ ਐਸੀ ਅਦਾਲਤ ਹੈ ਕਿ ਪਿਆਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦੀ, ਪਰ ਪਿਆਰ ਕਰਨ ਵਾਲੇ ਲੋਕ ਚਾਂਸਾਂ ਦੇ ਕੇ ਇੱਕ ਦੂਜੇ ਲੁੱਟ ਲੈਂਦੇ ਨੇ। ਬਟ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੂੰ ਧਿਆਨ ਵਿੱਚ ਮੈਂ ਲਿਆਉਣਾ ਚਾਹਾਂਗਾ ਕਿ ਤੁਸੀਂ ਚੈੱਕ ਕਰ ਲਿਆ ਕਰੋ ਅਗਾਂਹ ਵਧਣ ਤੋਂ ਪਹਿਲਾਂ ਹੀ ਕਿ ਆਓ ਵੀਡੀਓ 'ਤੇ ਇੱਕ ਵਾਰੀ ਆਈਡੀ ਮੰਗਾਓ, ਫਿਰ ਸ਼ਕਲ ਵੇਖੋ, ਫਿਰ ਅਤਾ ਪਤਾ ਨੋਟ ਕਰਨ ਦੀ ਕੋਸ਼ਿਸ਼ ਕਰੋ ਕਿ ਸੱਚਮੁੱਚ ਹੀ ਉਸ ਪਿੰਡ ਦਾ ਆ, ਇਹ ਉਹੀ ਬੰਦੇ ਨੇ ਮੈਨੂੰ ਗੱਲ ਕਰ ਰਿਹਾ, ਇਹ ਆਧਾਰ ਕਾਰਡ 'ਤੇ ਇਹਦੀ ਉਹੀ ਫੋਟੋ ਆ, ਫਿਰ ਤੁਸੀਂ ਆਪਣੇ ਆਪ ਨੂੰ ਪ੍ਰੋਸੀਡ ਕਰੋ ਤਾਂ ਕਿ ਤੁਸੀਂ ਸੇਫ ਰਹਿ ਸਕੋ ਕਿ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਗੱਲ ਕਹੀ ਕਰਨ ਵਾਲੀ ਔਰਤ ਜਾਂ ਕਰਨ ਵਾਲਾ ਮਰਦ ਔਰਤ ਦੇ ਨਾਲ ਜਾਂ ਮਰਦ ਦੇ ਨਾਲ ਔਰਤ ਸਹੀ ਉਸ ਪਿੰਡ ਦੀ ਹੈ। ਸੋ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਪਿਆਰ ਨੂੰ ਅੱਗੇ ਲੈ ਕੇ ਜਾਓ, ਨਹੀਂ ਤਾਂ ਰਾਈਟ ਵੇ ਬੰਦ ਕਰ ਦਿਓ, ਧੋਖੇ ਤੋਂ ਬਚੋ। ਸੋ ਬਚਨ ਬਚਾਓ ਵਿੱਚ ਹੀ ਬਚਾਓ ਹੈ, ਸਵਾਰੀ ਸਮਾਨ ਦੀ ਖੁਦ ਜ਼ਿੰਮੇਵਾਰ ਹੈ। ਆਓ ਅਸੀਂ ਹੁਣ ਗੱਲਬਾਤ ਕਰਨਾ ਲਾਸਟ ਅਪਡੇਟ ਬਸ ਇਸ ਕੇਸ ਬਾਰੇ ਦੇ ਦਿਆਂ, ਜਿਹੜਾ ਅੱਜ ਲੜਕੀ ਵਾਲਾ ਹੋਇਆ ਗਾ, ਇਹਦੇ ਵਿੱਚ ਜਿਹੜਾ ਉਹ ਮੁੰਡੇ ਕੋਲ ਰੋਬਿਨ ਜਿਹਨੂੰ ਗੁੱਡੀ ਨੇ ਕਲੇਮ ਕੀਤਾ ਕਿ ਰੋਬਿਨ ਆ, ਉਹ ਜਿਹੜਾ ਨੰਬਰ ਉਹਨਾਂ ਨੇ ਦਿੱਤਾ ਨਾ ਐਂਡਿੰਗ ਵਿਦ 7617 ਆ, ਇੰਡੀਅਨ ਨੰਬਰ ਆ ਉਹ ਆਪਣੇ ਪਵਨ ਜੀ ਨੇ, ਉਹ ਵਕੀਲ ਨੇ ਜੀ ਹਾਈ ਕੋਰਟ ਦੇ ਵਿੱਚ, ਉਹਨਾਂ ਦਾ ਇਹ ਫੋਨ ਖੋ ਗਿਆ ਸੀ, ਇਹ ਨੰਬਰ ਉਹਨਾਂ ਦਾ ਯੂਜ਼ ਹੋ ਰਿਹਾ ਜੀ। ਉਹਨਾਂ ਨੇ ਸਾਡੀ ਟੀਮ ਨੇ ਹੁਣੇ ਪਤਾ ਕੀਤਾ, ਉਹਨਾਂ ਨੇ ਵਕੀਲ ਸਾਹਿਬ ਨੇ FIR ਵੀ ਕਰਾਈ ਸੀਗੀ ਇੰਡੀਆ ਦੇ ਵਿੱਚ, ਅਤੇ ਇਹ ਨੰਬਰ ਆ ਜਿਹੜਾ ਉਹਨਾਂ ਨੇ ਦਿੱਤਾ ਲੜਕੀ ਨਾਲ ਜਿਹੜੇ ਨੰਬਰ ਤੋਂ ਗੱਲ ਹੁੰਦੀ ਰਹੀ, ਇਹ ਮੋਬਾਈਲ ਵਕੀਲ ਸਾਹਿਬ ਦਾ ਖੋ ਗਿਆ ਸੀਗਾ, ਗਵਾਚ ਗਿਆ ਸੀ, ਅਤੇ ਉਹਨਾਂ ਨੇ ਬਾਅਦ 'ਚ ਉਹ 'ਤੇ ਕੰਪਲੇਂਟ ਵੀ ਦਰਜ ਕਰਵਾਈ ਹੋਈ ਹੈ। ਵਕੀਲ ਸਾਹਿਬ ਨੇ ਨਾਲ ਤੁਹਾਡੇ ਤੁਸੀਂ ਗੱਲ ਕਰੋਗੇ, ਇੱਕ ਮਿੰਟ ਸਾਹਿਬ ਨਾਲ ਗੱਲ ਕਰ ਲੈਂਦਾ ਸੀ, ਟਰਾਈ ਕਰ ਰਹੇ ਹਾਂ ਜੀ ਕਿ ਉਹਨਾਂ ਨਾਲ ਮੇਰੀ ਗੱਲ ਹੋ ਜਾਵੇ। ਆਓ ਅਸੀਂ ਬ੍ਰਮਟਨ ਸਿਟੀ ਨੇ ਇੱਕ ਲਾਅ ਪਾਸ ਕੀਤਾ, ਉਹਦੇ ਬਾਰੇ ਵਿੱਚ ਅਸੀਂ ਬਹੁਤ ਜਲਦੀ ਉਸ ਵਕੀਲ ਨਾਲ ਲਾਈਨ 'ਤੇ ਗੱਲਬਾਤ ਕਰਨੀ ਚਾਹਾਂਗੇ।